ਸਭਾ ਹਲਕਾ ਅਨੰਦਪੁਰ ਸਾਹਿਬ ਜਿਹੜਾ ਕਿ ਖਾਲਸੇ ਦੀ ਧਰਤੀ ਕਿਹਾ ਜਾਂਦਾ ਹੈਗਾ, ਉਸ ਦੇ ਉੱਪਰ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਜਿਹੜੇ ਨੇ ਚੁਣਾਵ ਮੈਦਾਨ 'ਚ ਨੇ ਅਤੇ ਉਹ ਕਿਸ ਤਰ੍ਹਾਂ ਦੀ ਕੰਪੇਨ ਕਰਦੇ ਨੇ, ਇਹ ਦੇਖਣ ਲਈ ਤੁਹਾਨੂੰ ਲੈ ਕੇ ਚੱਲਾਂਗੇ। ਕਿਉਂਕਿ ਇਹ ਹਲਕਾ ਕਾਫੀ ਅਹਿਮ ਹੈ, ਜਿੱਥੇ ਧਾਰਮਿਕ ਹਲਕਾ ਹੈਗਾ ਉੱਥੇ ਹੀ ਇਹ ਹਲਕਾ ਸਾਬਕਾ ਮੁੱਖ ਮੰਤਰੀ ਸਰਦਾਰ ਚਰਨ ਸਿੰਘ ਚੰਨੀ ਉਹਨਾਂ ਦਾ ਵੀ ਹਲਕਾ ਹੈਗਾ, ਉਹਨਾਂ ਦਾ ਜਿਹੜਾ ਆਪਣਾ ਹਲਕਾ ਸੀਗਾ ਚਮਕੌਰ ਸਾਹਿਬ ਉਹ ਵੀ ਇਸੇ ਹਲਕੇ 'ਚ ਪੈਂਦਾ, ਔਰ ਜਿੱਥੇ ਉਹ ਰਹਿੰਦੇ ਨੇ ਖਰੜ ਸ਼ਹਿਰ ਉਹ ਵੀ ਇਸੇ ਹਲਕੇ ਵਿੱਚ ਪੈਂਦਾ ਹੈਗਾ। ਅਤੇ ਕਾਂਗਰਸ ਵਾਸਤੇ ਇੱਕ ਵੱਡੀ ਜਿਹੜੀ ਹੈਗੀ ਹੈ ਇਹ ਫਾਇਦੇਮੰਦ ਚੀਜ਼ ਹੈ ਕਿ ਚਰਨ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਹੈ ਉਹ ਵੀ ਇਸੇ ਹਲਕੇ ਨਾਲ ਸੰਬੰਧਿਤ ਨੇ। ਹੁਣ ਦੇਖਣਾ ਹੋਵੇਗਾ ਕਿ ਵਿਜੇਇੰਦਰ ਸਿੰਗਲਾ ਉਹਨਾਂ ਨੂੰ ਚਰਨਜੀਤ ਚੰਨੀ ਉਹਨਾਂ ਦਾ ਕਿੰਨਾ ਫਾਇਦਾ ਮਿਲਦਾ ਅਤੇ ਉਹਨਾਂ ਦੇ ਸਮਰਥਕ ਕਿੰਨਾ ਉਹਨਾਂ ਨਾਲ ਕੰਪੇਨ ਕਰਦੇ ਨੇ, ਅਤੇ ਤੁਹਾਨੂੰ ਅੱਜ ਲੈ ਕੇ ਚੱਲਾਂਗੇ ਆਪਣਾ ਜੋ ਵਿਜੇਇੰਦਰ ਸਿੰਗਲਾ ਹੈਗਾ ਉਹਨਾਂ ਦੀ ਕੰਪੇਨ ਦੇ ਵਿੱਚ, ਜੇ ਜਾਣਾਂਗੇ ਕਿ ਕਿਸ ਤਰ੍ਹਾਂ ਉਹ ਕੰਪੇਨ ਕਰਦੇ ਨੇ, ਲੋਕਾਂ ਦੇ ਮੂਹਰੇ ਕਿਹੜੇ ਕਿਹੜੇ ਮੁੱਦੇ ਉਹ ਰੱਖਦੇ ਨੇ, ਅਤੇ ਲੋਕ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਹੈਗੀ ਹੈ ਉਹ ਡਿਮਾਂਡ ਕਰਦੇ ਆ। ਉੱਥੋਂ ਲੈ ਕੇ ਚੱਲਦੇ ਹਾਂ ਵਿਜੇਇੰਦਰ ਸਿੰਗਲਾ ਉਹਨਾਂ ਦੀ ਕੰਪੇਨ ਦੇ। ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ, ਮੈਂ ਹਾਂ ਮਨੋਜ ਜੋਸ਼ੀ। ਅਖਾੜਾ ਹੈ 2024 ਵਿੱਚ, ਅੱਜ ਅਸੀਂ ਗੱਲ ਕਰਾਂਗੇ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ। ਵਿਜੇਇੰਦਰ ਸਿੰਗਲਾ ਉਹਨਾਂ ਦੀ ਅਸੀਂ ਤੁਹਾਨੂੰ ਕੰਪੇਨਿੰਗ ਟ੍ਰੇਲ 'ਚ ਲੈ ਕੇ ਜਾਵਾਂਗੇ, ਦਿਖਾਵਾਂਗੇ ਕਿ ਕਿਸ ਤਰ੍ਹਾਂ ਉਹ ਲੋਕਾਂ ਨੂੰ ਮਿਲਦੇ ਨੇ, ਕਿਸ ਤਰ੍ਹਾਂ ਉਹ ਆਪਣੀ ਕੰਪੇਨ ਨੂੰ ਅੱਗੇ ਵਧਾਉਂਦੇ ਨੇ। ਵਿਜੇਇੰਦਰ ਸਿੰਗਲਾ ਜਿਹੜੇ ਕਿ ਬਹੁਤ ਜ਼ਿਆਦਾ ਆਪਾਂ ਕਹੀ ਲੋਕਪ੍ਰਿਯ ਹੈਗੇ ਨੇ, ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਨੇ, ਅਤੇ ਰਾਹੁਲ ਗਾਂਧੀ ਬ੍ਰਿਗੇਡ ਦੇ ਸਦੱਸਿਆ ਹੈ, ਅਤੇ ਜਦੋਂ ਸਿੱਖਿਆ ਮੰਤਰੀ ਸੀਗੇ ਤਾਂ ਉਹਨਾਂ ਨੇ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲੀ, ਔਰ ਜਦੋਂ PW ਮੰਤਰੀ ਸੀਗੇ ਤਾਂ ਪੰਜਾਬ 'ਚ ਬਹੁਤ ਸਾਰੀ ਸੜਕਾਂ ਬਣੀਆਂ, ਲੋਕ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਨੇ। ਇੱਕ ਵਾਰ ਫਿਰ ਉਹਨਾਂ ਨੂੰ ਹੁਣ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਇਆ। ਸਿੰਗਲਾ ਸਾਹਿਬ, ਤੁਹਾਡਾ ਜੀ ਮੀਡੀਆ 'ਚ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਸਿੰਗਲਾ ਸਾਹਿਬ। ਮੇਰਾ ਪਹਿਲਾ ਸਵਾਲ ਹੈ, ਟਿਕਟ ਦਾ ਐਲਾਨ ਹੋਣ ਨੂੰ ਦੇਰੀ ਹੋਈ, ਪਰ ਕੰਪੇਨ ਕਿੱਦਾਂ ਚੱਲ ਰਹੀ ਹੈ? ਬਹੁਤ ਵਧੀਆ ਚੱਲ ਰਹੀ ਹੈ, ਬਹੁਤ ਸਾਰਾ ਪਿਆਰ ਲੋਕਾਂ ਨੇ ਦਿੱਤਾ ਹੈ। ਮੇਰੇ ਬਜ਼ੁਰਗਾਂ ਦਾ, ਸਵਰਗਵਾਸੀ ਸੰਤ ਰਾਮ ਸਿੰਗਲਾ ਜੀ ਦਾ, ਗਿਆਨੀ ਜ਼ਹਿਲ ਸਿੰਘ ਜੀ ਦੇ ਨਾਲ ਜੋ ਸੰਬੰਧ ਸੀ, ਇਸ ਇਲਾਕੇ 'ਚ ਪਹਿਲਾਂ ਕੰਮ ਕੀਤਾ ਹੋਇਆ ਸੀ, ਜਾਂ ਜਦੋਂ ਮੈਂ ਮਿਨਿਸਟਰ ਸੀ ਉਸ ਵੇਲੇ ਕੋਵਿਡ ਚੱਲਦਾ ਸੀ, ਉਸ ਵੇਲੇ ਮੈਂ ਬੜੀਆਂ ਸਿਹਤ ਸਹੂਲਤਾਂ ਵਾਸਤੇ ਉਰੇ ਕੰਮ ਕੀਤਾ, ਉਸ ਗੱਲ ਨੂੰ ਦੇਖਦੇ ਹੋਏ ਔਰ ਪਰਿਵਾਰ ਦਾ ਜੋ ਪਿਛੋਕੜ ਉਰੇ ਰਿਹਾ ਜਾਂ ਉਹ ਇਸ ਇਲਾਕੇ 'ਚ ਕੰਮ ਕੀਤਾ ਹੋਇਆ ਸੀ, ਉਹਦਾ ਸਾਨੂੰ ਬਹੁਤ ਪਿਆਰ ਮਿਲਿਆ। ਔਰ ਅੱਜ ਸਾਰੇ ਇਲਾਕੇ ਦੇ ਵਿੱਚ ਜਿੱਥੇ ਮੈਂ ਜਾ ਰਿਹਾ ਉੱਥੇ ਬਹੁਤ ਵੱਡਾ ਆਸ਼ੀਰਵਾਦ ਲੋਕ ਦੇ ਰਹੇ ਹੈ, ਪਿਆਰ ਦੇ ਰਹੇ ਹੈ, ਔਰ ਲੋਕਾਂ ਦੇ ਵਿੱਚ ਇੱਕ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਇਲਾਕਾ ਉੱਪਰ ਜਾਊਗਾ, ਇਲਾਕੇ ਦੇ ਵਿੱਚ ਤਰੱਕੀ ਹੋਊਗੀ, ਇਸ ਇਲਾਕੇ ਨਾਲ ਜੁੜੀਆਂ ਹੋਈਆਂ ਸਮੱਸਿਆ ਨੂੰ ਹੱਲ ਕਰਨ ਦਾ ਕੰਮ ਵਿਜੇਇੰਦਰ ਸਿੰਗਲਾ ਕਰੂਗਾ। ਅਤੇ ਜੀ ਆਪਾਂ ਕਰੀਏ ਅਨੰਦਪੁਰ ਸਾਹਿਬ ਹਲਕੇ ਦੀ ਗੱਲ ਕਰਦੇ ਹਾਂ, ਤਾਂ ਇਸ ਵਾਸਤੇ ਤੁਹਾਡਾ ਪਲਾਨ ਕੀ ਹੈ ਕਿ ਤੁਸੀਂ MP ਬਣਦੇ ਹੋ, ਲੋਕਾਂ ਨੂੰ ਕੀ ਗੱਲ ਹੈ ਤੁਸੀਂ ਕਹੋਗੇ ਕਿ ਮੈਂ ਤੁਹਾਡੇ ਇਹ ਕੰਮ ਪੂਰੇ ਕਰਾਂਗਾ? ਦੇਖੋ, ਮੈਂ ਆਪਣਾ ਜਿਹੜਾ ਪਲਾਨ ਹੈ ਉਹ ਮੈਂ ਰਿਲੀਜ਼ ਕੀਤਾ, ਮੈਂ ਆਪਣਾ ਮੈਨੀਫੈਸਟੋ ਰਿਲੀਜ਼ ਕੀਤਾ, ਜਿੱਥੇ ਕਾਂਗਰਸ ਪਾਰਟੀ ਦਾ ਮੈਨੀਫੈਸਟੋ, ਉਹਦੇ ਨਾਲ ਨਾਲ ਮੈਂ ਕੀ ਸਮਝਦਾ ਕਿ ਅਨੰਦਪੁਰ ਸਾਹਿਬ ਦੇ ਵੱਖ ਵੱਖ ਇਲਾਕਿਆਂ ਵਿੱਚ ਕੀ ਕੰਮ ਹੋਣ ਵਾਲਾ ਹੈ, ਮੈਂ ਉਸ ਨੂੰ ਇਸ ਕਾਗਜ਼ ਦੇ ਉੱਪਰ ਲਿਖਿਆ। ਔਰ ਮੈਂ ਇਹ ਜ਼ਰੂਰ ਸਮਝਦਾ ਕਿ ਇਹ ਜਿਹੜਾ ਪਲਾਨ ਮੈਂ ਅਨਵੀਲ ਕੀਤਾ ਮੇਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਪਰ ਵੀ ਹੈ, ਇਹ ਸਾਡੇ ਪੂਰੀ ਲੋਕ ਸਭਾ ਹਲਕੇ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਮੱਸਿਆਵਾਂ ਮੇਰੇ ਧਿਆਨ 'ਚ ਆਈਆਂ, ਔਰ ਮੈਂ 15-20 ਦਿਨ ਮਿਹਨਤ ਕਰਕੇ ਮੇਰੀ ਪੂਰੀ ਟੀਮ ਨੇ ਇਹ ਪਲਾਨ ਨੂੰ ਅਸੀਂ ਬਣਾਇਆ। ਔਰ ਇਹਦੇ 'ਚ ਖਾਸ ਤੌਰ 'ਤੇ ਜਿਹੜੀਆਂ ਵੱਡੀਆਂ ਗੱਲਾਂ ਉਹ ਇਹ ਹੈ ਕਿ ਜਿਸ ਤਰ੍ਹਾਂ ਮੋਹਾਲੀ ਅਤੇ ਖਰੜ ਦੇ ਵਿੱਚ ਪਾਣੀ ਦੀ ਦਿੱਕਤ ਹੈ, ਮੋਹਾਲੀ 'ਚ ਵਾਟਰ ਲੋਗਿੰਗ ਦੀ ਪ੍ਰੋਬਲਮ ਹੈ ਕਿਉਂਕਿ ਹਾਊਸਿੰਗ ਬਹੁਤ ਜ਼ਿਆਦਾ ਵੱਧ ਗਈ ਅਤੇ ਥੱਲੇ ਜਿਹੜੀ ਕਪੈਸਿਟੀ ਹੈ ਵਾਟਰ ਡਿਸਚਾਰਜ ਦੀ ਉਹ ਓਨੇ ਵਧੀਆ ਪੱਧਰ ਦੀ ਨਹੀਂ ਹੈ, ਓਨੀ ਕਪੈਸਿਟੀ ਦੀ ਨਹੀਂ ਹੈ, ਜਾਂ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਓਨਾ ਜਿੰਨਾ ਜ਼ਰੂਰਤ ਹੈ ਓਨਾ ਨਹੀਂ ਹੈ, ਕਿਉਂਕਿ ਓਵਰ ਦੇ ਈਅਰ ਦੇ ਸਾਰੇ ਟਾਊਨਸ ਬਹੁਤ ਜ਼ਿਆਦਾ ਗਰੋ ਕਰ ਗਏ ਅਤੇ ਇਸ ਕਰਕੇ ਉਹ ਦਿੱਕਤਾਂ ਆ ਰਹੀਆਂ। ਔਰ ਇਹਦੇ ਨਾਲ ਨਾਲ ਜੋ ਮੋਹਾਲੀ ਦੇ ਏਅਰਪੋਰਟ ਦੇ ਨਾਲ ਜੁੜੀਆਂ
ਨਵੀਆਂ ਫਲਾਈਟਾਂ ਚਾਲੂ ਕਰਨ ਦੀ ਗੱਲ ਹੈ, ਉਹ ਵੀ ਮੈਂ ਇਹਦੇ 'ਚ ਲਿਖੀ ਹੈ, ਚਾਹੇ ਉਹ ਸਿੰਗਾਪੁਰ ਦੀ ਫਲਾਈਟ ਹੈ, ਚਾਹੇ ਕੈਨੇਡਾ ਦੀ ਫਲਾਈਟ ਹੈ, ਜਾਂ ਆਉਣ ਵਾਲੇ ਸਮੇਂ 'ਚ ਹੋਰ ਲੋਕਾਂ ਦੇ ਜੋ ਸੋਚ ਹੋਊਗੀ ਜਾਂ ਲੋਕਾਂ ਦੀ ਜੋ ਮੰਗ ਹੋਊਗੀ ਉਸ ਨੂੰ ਸਮੇਂ ਸਮੇਂ ਦੇ ਉੱਪਰ ਕਰਾਂਗੇ। ਨਾਲ ਹੀ ਮੈਂ ਇੱਕ ਗੱਲ ਜ਼ਰੂਰ ਇਹਦੇ 'ਚ ਲਿਖੀ ਹੈ ਕਿ ਡਰੱਗਜ਼ ਇੱਕ ਬੜਾ ਵੱਡਾ ਮੁੱਦਾ ਪੰਜਾਬ ਦਾ, ਜਿਸ ਤਰ੍ਹਾਂ ਪਹਿਲਾਂ ਇੱਕ ਵਿਰੱਪਨ ਫੋਰਸ ਬਣੀ ਹੋਈ ਸੀ ਦੂਜੇ ਸੂਬਿਆਂ 'ਚ, ਇਸੇ ਤਰੀਕੇ ਨਾਲ ਇੱਕ ਫੋਰਸ ਸਾਨੂੰ ਉਰੇ ਕਾਇਮ ਕਰਨੀ ਚਾਹੀਦੀ ਹੈ, ਜਿਹਦੇ 'ਚ ਨਾਲ ਵਾਲੇ ਬਾਰਡਰਿੰਗ ਸਟੇਟਸ ਦੇ ਲੋਕ ਵੀ ਉਹਦੇ 'ਚ ਮੈਂਬਰ ਹੋਣ, ਰਾਜਸਥਾਨ ਜੈਸੇ ਲੋਕ ਮੈਂਬਰ ਹੋਣ, ਤਾਂ ਕਿ ਉਹ ਲੋਕ ਵੀ ਸਾਡੇ ਨਾਲ ਮਿਲ ਕੇ ਔਰ ਲੋਕਾਂ ਦੇ ਸਹਿਯੋਗ ਦੇ ਨਾਲ, ਨਰਕੋਟਿਕਸ ਕੰਟਰੋਲ ਬਿਊਰੋ ਦੇ ਇਸ ਹੈਲਪ ਦੇ ਨਾਲ ਅਸੀਂ ਪੰਜਾਬ 'ਚੋਂ ਨਸ਼ਾ ਬਾਹਰ ਕੱਢ ਸਕੀਏ। ਇਹ ਵੀ ਇਹਦੇ 'ਚ ਅਸੀਂ ਇੱਕ ਚੀਜ਼ ਲਿਖੀ ਹੈ। ਔਰ ਨੌਜਵਾਨ ਬੱਚਿਆਂ ਵਾਸਤੇ, ਤੁਸੀਂ ਤੁਹਾਨੂੰ ਪਤਾ ਕਿ IIT ਰੋਪੜ ਬਣਿਆ ਸੀ, ਔਰ IIT ਰੋਪੜ 2008 'ਚ ਜਦੋਂ ਕਾਂਗਰਸ ਪਾਰਟੀ ਦੀ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ ਉਸ ਵੇਲੇ IIT ਰੋਪੜ 'ਚ ਆਇਆ। ਅੱਜ ਪੂਰੇ ਹਿੰਦੁਸਤਾਨ ਦੇ ਮੇਰਾ ਖਿਆਲ 25-26 ਸੂਬਿਆਂ ਨੂੰ IIIT ਮਿਲ ਚੁੱਕਿਆ ਹੈ, ਪਰ IIIT ਸਾਡੇ ਪੰਜਾਬ ਨੂੰ ਨਹੀਂ ਮਿਲਿਆ। IIIT ਅਸੀਂ ਲੈ ਕੇ ਆਵਾਂਗੇ ਤਾਂ ਕਿ IT ਸੈਕਟਰ ਨੂੰ ਬੈਟਰ ਕਰ ਸਕੀਏ। ਸਕਿੱਲ ਡਿਵੈਲਪਮੈਂਟ ਮੇਰਾ ਇੱਕ ਫੋਕਸ ਹੈ, ਤਾਂ ਕਿ ਬੱਚਿਆਂ ਦਾ ਸਕਿੱਲ ਇਨਹੈਂਸ ਹੋ ਸਕੇ, ਤਾਂ ਕਿ ਬੱਚਿਆਂ ਨੂੰ ਫਾਇਦਾ ਹੋਵੇ ਆਪਣਾ ਰੋਜ਼ਗਾਰ ਲੈਣ ਵਾਸਤੇ, ਉਹਨਾਂ ਦੀ ਇੰਪਲੋਇਬਿਲਿਟੀ ਬੈਟਰ ਹੋਵੇ, ਉਹਨਾਂ ਦੀ ਇੰਪਲੋਏ ਤੋਂ ਬਾਅਦ ਉਹਨਾਂ ਦੀ ਜਿਹੜੀ ਪੇਮੈਂਟ ਹੈ ਜਾਂ ਉਹਨਾਂ ਨੂੰ ਜਿਹੜੀ ਤਨਖਾਹ ਹੈ ਉਹ ਬੈਟਰ ਮਿਲੇ। ਜਦੋਂ ਬੱਚਿਆਂ 'ਚ ਸਕਿੱਲਸ ਹੁੰਦੇ ਆ ਤਾਂ ਬੱਚੇ ਬੈਟਰ ਇੰਪਲੋਏਬਲ ਹੋ ਜਾਂਦੇ ਆ। ਇਹ ਸਾਰਾ ਜੋ ਇਲਾਕਾ ਹੈ ਜਿੱਥੇ ਖਾਲਸਾ ਪੰਥ ਦੀ ਸਥਾਪਨਾ ਦਾ ਇਲਾਕਾ ਸ੍ਰੀ ਅਨੰਦਪੁਰ ਸਾਹਿਬ ਦਾ, ਔਰ ਉਸਦੇ ਨਾਲ ਨਾਲ ਮਾਤਾ ਨੈਣਾ ਦੇਵੀ ਦੀ ਚਰਨਛੂ ਇਲਾਕਾ ਹੈ, ਔਰ ਇਹਦੇ ਨਾਲ ਸ਼੍ਰੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਾ ਵੀ ਉਹ ਜੁੜਿਆ ਹੋਇਆ, ਤਾਂ ਬਹੁਤ ਸੋਹਣਾ ਇਲਾਕਾ ਹੈ, ਬੜਾ ਵਧੀਆ ਵਿਊ ਪੁਆਇੰਟ ਹੈ, ਹਿਸਟਰੀ ਨਾਲ ਜੁੜੀ ਹੈ, ਤਾਂ ਇਹ ਇੱਕ ਟੂਰਿਜ਼ਮ ਦਾ ਹੱਬ ਵੀ ਡਿਵੈਲਪ ਕੀਤਾ ਜਾ ਸਕਦਾ ਹੈ, ਜਿੱਥੇ ਬਹੁਤ ਸਾਰਾ ਓਪਰਚੁਨਿਟੀ ਇਹਦੇ 'ਚ ਹੈਗੀ ਹੈ। ਤਾਂ ਮੈਂ ਇਸ ਗੱਲ ਨੂੰ ਵੀ ਮੈਂ ਬੜੇ ਧਿਆਨ ਨਾਲ ਦੇਖ ਰਿਹਾ ਤਾਂ ਕਿ ਅਸੀਂ ਇਹਨੂੰ ਕਰ ਸਕੀਏ। ਬਾਕੀ ਤਾਂ ਕੰਡੀ ਦਾ ਇਲਾਕਾ ਹੈ, ਕੰਡੀ ਦੇ ਇਲਾਕੇ 'ਚ ਬੜੀਆਂ ਪ੍ਰੋਬਲਮਸ ਹੈ, ਕਿਸੇ ਜਗ੍ਹਾ ਦੇ ਉੱਪਰ ਪੀਣ ਦੇ ਪਾਣੀ ਦੀ ਦਿੱਕਤ ਹੈ, ਕਿਸੇ ਜਗ੍ਹਾ ਦੇ ਉੱਪਰ ਪਾਣੀ ਦੀ ਮਾਰ ਹੈ, ਕਿਸੇ ਜਗ੍ਹਾ ਦੇ ਉੱਪਰ ਪਾਣੀ ਬਹੁਤ ਨੀਵਾਂ ਹੈ। ਉਹਨਾਂ ਨੂੰ ਸਾਰੀਆਂ ਚੀਜ਼ਾਂ ਦਾ ਹੱਲ ਕਰਨ ਵਾਸਤੇ ਇੱਕ ਪਲਾਨ ਡਿਵਾਈਸ ਕਰ ਰਹੇ ਹਾਂ। ਔਰ ਦੋ ਜਗ੍ਹਾ ਦੇ ਉੱਪਰ ਵੱਡੀ ਚੀਜ਼ ਸਾਹਮਣੇ ਨਿਕਲ ਕੇ ਆਈ ਸੀ, ਇੱਕ ਰਾਹੋਂ ਤੋਂ ਲੈ ਕੇ ਖੰਨੇ ਤੱਕ ਦੀ ਨਵੀਂ ਰੇਲਵੇ ਲਾਈਨ ਦਾ ਸਰਵੇ ਕਰਾਇਆ ਜਾਵੇ, ਔਰ ਇਸ ਦੇ ਨਾਲ ਨਾਲ ਗੜਸ਼ੰਕਰ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਰੇਲਵੇ ਲਾਈਨ ਦਾ ਸਰਵੇ ਕਰਾਇਆ ਜਾਵੇ, ਤਾਂ ਕਿ ਅਗਰ ਉੱਥੇ ਸਰਵੇ ਦੇ ਵਿੱਚ ਇਹਨਾਂ ਦੀ ਫਿਜ਼ੀਬਿਲਿਟੀ ਬਣਦੀ ਹੈ ਤਾਂ ਅਸੀਂ ਉਹਦੇ 'ਤੇ ਨਵੀਂ ਰੇਲਵੇ ਲਾਈਨ ਬਣ ਸਕੇ। ਉਸ ਗੱਲ ਨੂੰ ਭਾਰਤ ਸਰਕਾਰ ਦੇ ਨਾਲ ਚੱਕਣ ਦੀ ਗੱਲ ਹੈ। ਤਾਂ ਇਹ ਸਾਰੇ ਕੁਛ ਮੁੱਦੇ ਆ ਜਿਹੜੇ ਮੈਂ ਇਹਦੇ 'ਚ ਆਪਣੇ ਚੋਣ ਮੈਨੀਫੈਸਟੋ 'ਚ ਲਿਖੀਆਂ, ਚਾਹੇ ਹੈਲਥ ਇਨਫਰਾਸਟਰਕਚਰ ਨੂੰ ਇੰਪਰੂਵ ਕਰਨ ਦੀ ਗੱਲ ਹੈ, ਜਿਸ ਤਰ੍ਹਾਂ ਅਸੀਂ ਸਮੂਹ 'ਚ PGI ਲੈ ਕੇ ਆਏ ਜਾਂ ਟਾਟਾ ਦਾ ਕੈਂਸਰ ਹੋਸਪਿਟਲ ਮੈਂ ਲੈ ਕੇ ਆਇਆ ਸੀ, ਉਸੇ ਤਰਜ਼ੀ ਦੇ ਉੱਪਰ ਆਪਣੇ ਇਸ ਇਲਾਕੇ ਵਿੱਚ ਅਸੀਂ ਕੋਈ ਬੜਾ ਹੈਲਥ ਦਾ ਪ੍ਰੋਜੈਕਟ ਰੱਖ ਸਕੀਏ, ਜਿਹੜੇ ਇਲਾਕੇ ਦੇ ਵਿੱਚ ਅੱਜ ਸਿਹਤ ਸਹੂਲਤਾਂ ਦੀ ਘਾਟ ਹੈ ਉਹਨੂੰ ਅਸੀਂ ਪੂਰਾ ਕਰ ਸਕੀਏ। ਤਾਂ ਇਹ ਸਾਰੀਆਂ ਚੀਜ਼ਾਂ ਸਪੋਰਟਸ ਇਨਫਰਾਸਟਰਕਚਰ ਕ੍ਰੀਏਟ ਕਰਨ ਦੀ ਗੱਲ ਹੈ, ਐਜੂਕੇਸ਼ਨ ਨੂੰ ਬੈਟਰ ਕਰਨ ਦੀ ਗੱਲ ਹੈ, ਹੈਲਥ ਇਨਫਰਾਸਟਰਕਚਰ ਨੂੰ ਬੈਟਰ ਕਰਨ ਦੀ ਗੱਲ ਹੈ, ਇਹ ਸਾਰੀਆਂ ਚੀਜ਼ਾਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹੈ। ਕਿਉਂਕਿ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਹਾਂ ਜਾਂ ਇਹ ਗੱਲ ਕਰਦੇ ਹਾਂ ਕਿ ਅਸੀਂ ਬਾਹਰਲੇ ਮਤਲਬ ਲੋਕਾਂ ਨੂੰ ਪਾਣੀ ਦੀ ਡਿਸਪੋਜ਼ਲ ਨਹੀਂ ਮਿਲ ਰਹੀ ਜਾਂ ਪੀਣ ਵਾਲਾ ਪਾਣੀ ਨਹੀਂ ਮਿਲਦਾ ਜਾਂ ਬੇਟ ਦੇ ਇਲਾਕੇ 'ਚ ਦਿੱਕਤ ਹੈ, ਤਾਂ ਮੈਂ ਇਹ ਸਮਝਦਾ ਕਿ ਕਈ ਇਲਾਕਿਆਂ ਨੂੰ ਸਪੋਰਟ ਕਰਨ ਲਈ ਵਰਲਡ ਬੈਂਕ ਵੀ ਬਹੁਤ ਪੈਸਾ ਦਿੰਦੀ ਹੈ। ਮੈਂ ਉਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਵਰਲਡ ਬੈਂਕ ਫੰਡਡ ਪ੍ਰੋਜੈਕਟਸ ਪੂਰੇ ਹਿੰਦੁਸਤਾਨ ਦੇ ਦੋ ਸੂਬਿਆਂ 'ਚ ਪਹਿਲਾਂ ਪੈਸਾ ਆਇਆ, ਗੁਜਰਾਤ 'ਚ ਆਇਆ ਅਤੇ ਮਹਾਰਾਸ਼ਟਰਾ 'ਚ ਆਇਆ, ਮੈਂ ਉਹਦੀ ਵੀ ਮੈਂਸ਼ਨ ਕੀਤੀ ਹੈ। ਅਤੇ ਉਸੇ ਲਾਈਨਸ ਦੇ ਉੱਪਰ ਅਸੀਂ ਵੀ ਪੈਸਾ ਲੈ ਕੇ ਆ ਸਕੀਏ ਤਾਂ ਕਿ ਸਾਡੇ ਇਲਾਕੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਅਸੀਂ ਹੱਲ ਕਰ ਸਕੀਏ। ਔਰ ਇਸੇ ਤਰਜ਼ੀ ਦੇ ਉੱਪਰ ਹੋਰ ਸਾਰੇ ਮੁੱਦੇ ਹੈਗੇ ਜਿਹੜੇ ਮੈਂ ਇਸ ਮੈਨੀਫੈਸਟੋ 'ਚ ਲਿਖੇ ਹੈ, ਅਤੇ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਜ਼ਰੂਰ ਹੱਲ ਕਰਾਂਗੇ। ਮੁੱਖ ਮੰਤਰੀ ਕਹਿੰਦੇ ਨੇ
ਵੀ ਟਿਕਟ ਵੰਡਣ ਲੱਗੇ ਕਾਂਗਰਸ ਨੂੰ ਪਤਾ ਨਹੀਂ ਕਿੱਦਾਂ ਟਿਕਟ ਵੰਡਣੀ ਹੈ। ਬਠਿੰਡੇ ਵਾਲਿਆਂ ਨੂੰ ਕਹਿੰਦੇ ਲੁਧਿਆਣੇ ਭੇਜਤਾ, ਸੰਗਰੂਰ ਵਾਲਿਆਂ ਨੂੰ ਅਨੰਦਪੁਰ ਸਾਹਿਬ ਭੇਜਤਾ ਅਤੇ ਭੁਲੱਥ ਵਾਲਿਆਂ ਨੂੰ ਉੱਥੇ ਭੇਜਤਾ। ਹਰ ਪਾਰਟੀ ਦੀ ਆਪਣੀ ਸਟ੍ਰੈਟਜੀ ਹੁੰਦੀ ਹੈ। ਆਮ ਆਦਮੀ ਪਾਰਟੀ ਨੇ 5 ਵਜ਼ੀਰ ਲੜਾਏ ਹੈ, ਇਹ ਉਹਨਾਂ ਦੀ ਆਪਣੀ ਸਟ੍ਰੈਟਜੀ ਹੈ। ਉਹਨਾਂ ਨੇ ਕੁਛ ਲੋਕਾਂ ਨੂੰ MLAs ਨੂੰ ਟਿਕਟਾਂ ਦਿੱਤੀਆਂ ਕਿਉਂਕਿ ਉਹਨਾਂ ਕੋਲ ਕੈਂਡੀਡੇਟ ਨਹੀਂ ਸੀਗੇ। ਸਾਡੀ ਪਾਰਟੀ ਨੇ ਆਪਣੀ ਸਟ੍ਰੈਟਜੀ ਦੇ ਨਾਲ ਵੱਖ ਵੱਖ ਇਲਾਕਿਆਂ 'ਚੋਂ ਵੱਖ ਵੱਖ ਲੋਕ ਜਿਤਾਏ ਹੈ। ਤੁਸੀਂ ਦੇਖੋਗੇ ਕਿ ਜਦੋਂ 4 ਤਰੀਕ ਨੂੰ ਨਤੀਜੇ ਆਉਣਗੇ, 13 ਸੀਟਾਂ ਕਾਂਗਰਸ ਪਾਰਟੀ ਜਿੱਤੂਗੀ ਪੰਜਾਬ ਵਿੱਚੋਂ, ਔਰ ਲੋਕ ਆਮ ਆਦਮੀ ਪਾਰਟੀ ਅਤੇ BJP ਨੂੰ ਇੱਕ ਮੂੰਹ ਤੋੜ ਜਵਾਬ ਦੇਣਗੇ। ਤੁਹਾਡੇ ਵਿਰੋਧੀ ਨੇ, ਤੁਹਾਡੇ ਬਰਾਬਰ ਖੜੇ ਨੇ, ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ, ਉਹ ਗੱਲ ਕਹਿੰਦੇ ਨੇ ਕਿ ਕਾਂਗਰਸ ਨੂੰ ਵੋਟ ਦਿੱਤੀ, ਪਹਿਲਾਂ ਬਿੱਟੂ ਜਿਤਾਇਆ ਉਹ ਚਲੇ ਗਿਆ, ਫਿਰ ਤਿਵਾੜੀ ਜਿਤਾਏ ਉਹ ਚਲੇ ਗਏ, ਸਿੰਗਲਾ ਸਾਹਿਬ ਆਇਆ, ਹੁਣ ਨਾ ਗਲਤੀ ਕਰ ਲਈ। ਨਹੀਂ ਚਲੋ, ਉਹਨਾਂ ਦਾ ਤਾਂ ਮੇਰੇ ਤੇ ਵਿਰੋਧੀਆਂ ਦਾ, ਜਿਹੜੇ ਵਿਰੋਧੀ ਧਿਰ ਦੇ ਪਾਰਟੀ ਦੇ ਲੋਕ ਹੁੰਦੇ ਆ, ਉਹਨਾਂ ਦਾ ਕੰਮ ਹੁੰਦਾ ਹੈ ਦੂਜੇ ਕੈਂਡੀਡੇਟਾਂ ਦੀ ਕਾਰਗੁਜ਼ਾਰੀ ਦੇ ਉੱਪਰ ਟਿੱਪਣੀ ਕਰਨਾ। ਮੇਰਾ ਏਜੰਡਾ ਇਹ ਨਹੀਂ ਹੈ। ਮੇਰਾ ਏਜੰਡਾ, ਮੈਨੂੰ ਮੇਰੀ ਪਾਰਟੀ ਨੇ ਉਰੇ ਭੇਜਿਆ, ਉਰੇ ਦੇ ਇਲਾਕੇ ਦੇ ਲੋਕ ਮੈਨੂੰ ਪਿਆਰ ਦੇ ਰਹੇ ਹੈ, ਇੱਥੇ ਸੇਵਾ ਦਾ ਮੌਕਾ ਮਿਲੂਗਾ ਤਾਂ ਇਹ ਇਲਾਕੇ ਨੂੰ ਉੱਪਰ ਚੱਕਾਂਗੇ। ਜੋ ਮੈਂ ਕਰਨਾ ਚਾਹੁੰਦਾ ਮੈਂ ਤੁਹਾਨੂੰ ਦੱਸਿਆ, ਮੈਂ ਆਪਣੇ ਮੈਨੀਫੈਸਟੋ 'ਚ ਪਹਿਲਾਂ ਲਿਖਿਆ, ਔਰ ਮੇਰਾ ਤਾਂ ਉਹ ਵਿਜ਼ਨ ਹੈ, ਮੇਰਾ ਡਿਵੈਲਪਮੈਂਟ ਏਜੰਡਾ ਹੈ, ਔਰ ਮੈਂ ਆਪਣੇ ਇਲਾਕੇ 'ਚ ਕੰਮ ਕਰਾਂਗਾ, ਆਪਣੇ ਇਲਾਕੇ ਦੀ ਸੇਵਾ ਕਰਾਂਗਾ। ਮੈਂ ਪਟਿਆਲੇ 'ਚ ਰਹਿੰਦਾ ਸੀ, 2009 'ਚ ਮੈਨੂੰ ਸੰਗਰੂਰ ਦੀ ਤੋਂ ਜਾ ਕੇ ਸੇਵਾ ਮਿਲੀ। ਮੈਂ 2009 ਤੋਂ ਲੈ ਕੇ ਅੱਜ ਤੱਕ ਸੰਗਰੂਰ ਸੀਗਾ, ਅੱਜ ਉਰੇ ਸੇਵਾ ਮਿਲੀ, ਅੱਜ ਤੋਂ ਬਾਅਦ ਉਰੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ ਸੀਗੇ ਅਤੇ ਉਹ ਗੱਲ ਕਰਦੇ ਨੇ ਮੰਗਲ ਸੂਤਰ ਦੀ, ਵੀ ਕਾਂਗਰਸ ਨੂੰ ਵੋਟ ਨਾ ਦਿਓ, ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਤਾਂ ਵੀ ਕਾਂਗਰਸ ਨੂੰ ਜਾਣੀ ਹੈ। ਦੇਖੋ ਗੱਲ ਇਹ ਹੈ ਕਿ BJP ਨਾਰਾ ਦਿੰਦੀ ਸੀ 400 ਪਾਰ ਦਾ, ਅੱਜ BJP ਬੁਖਲਾਹਟ 'ਚ ਆ ਗਈ ਹੈ। ਤੁਸੀਂ ਜਿੱਥੇ ਜਿੱਥੇ BJP ਦੇ ਲੀਡਰ ਸਾਹਿਬਾਨਾਂ ਦੀਆਂ ਸਟੇਟਮੈਂਟ ਸੁਣੋਗੇ ਜਾਂ ਉਹਨਾਂ ਦਾ ਭਾਸ਼ਣ ਸੁਣੋਗੇ, ਉਹਦੇ 'ਚ ਬੁਖਲਾਹਟ ਨਜ਼ਰ ਆਉਂਦੀ ਹੈ। ਉਹਦੇ 'ਚ ਇਹ ਨਜ਼ਰ ਆਉਂਦਾ ਕਿ ਜਿਹੜੇ ਪਹਿਲੇ ਫੇਜ਼ ਦੇ ਇਲੈਕਸ਼ਨਸ ਹੋਏ ਆ ਜਿਹੜੇ ਜਿਹੜੇ ਸੂਬਿਆਂ 'ਚ, ਉੱਥੇ BJP ਨੂੰ ਵੱਡੇ ਪੱਧਰ ਦਾ ਨੁਕਸਾਨ ਹੋ ਰਿਹਾ, ਉੱਥੇ BJP ਸੀਟਾਂ ਨਹੀਂ ਜਿੱਤ ਪਾ ਰਹੀ। ਇਸ ਕਰਕੇ ਬੁਖਲਾਹਟ ਉਹਨਾਂ ਦੇ ਸਾਹਮਣੇ ਹੈ। ਤੁਸੀਂ 4 ਨੂੰ ਨਤੀਜਾ ਦੇਖੋਗੇ, ਕਾਂਗਰਸ ਦੀ ਮਹਾਂਗਠਬੰਧਨ ਦੀ ਸਰਕਾਰ ਦੇਸ਼ 'ਚ ਬਣੂਗੀ, ਔਰ ਇਸ ਦੇਸ਼ ਨੂੰ ਦੁਬਾਰਾ ਜਿਹੜਾ ਅੱਜ 10-15 ਬੜੇ ਕਾਰਖਾਨੇ ਵਾਲਿਆਂ ਦਾ, ਬੜੇ ਉਦਯੋਗਪਤੀਆਂ ਦਾ ਦੇਸ਼ ਬਣ ਕੇ ਰਹਿ ਗਿਆ ਸੀ, ਇਸ ਦੇਸ਼ ਦੇ ਵਿੱਚ ਸਰਵਪੱਖੀ ਵਿਕਾਸ ਲੋਕਾਂ ਦਾ ਹੋਊਗਾ। ਜਿਸ ਤਰ੍ਹਾਂ ਕਾਂਗਰਸ ਨੇ ਪਹਿਲਾਂ ਚੰਗੇ ਕਾਨੂੰਨ ਲੈ ਕੇ ਆਉਂਦੇ ਸੀ, ਨਰੇਗਾ ਦਾ ਕਾਨੂੰਨ ਕਾਂਗਰਸ ਲੈ ਕੇ ਆਈ, ਕਾਂਗਰਸ ਪਾਰਟੀ ਨੇ ਰਾਈਟ ਟੂ ਫੂਡ ਬਣਾਇਆ, ਰਾਈਟ ਟੂ ਐਜੂਕੇਸ਼ਨ ਬਣਾਇਆ, ਰਾਈਟ ਟੂ ਫੇਅਰ ਕੰਪਨਸੇਸ਼ਨ ਬਣਾਇਆ। ਉਸੇ ਤਰਜ਼ੀ ਦੇ ਉੱਪਰ ਅੱਜ ਕਾਂਗਰਸ ਪਾਰਟੀ ਵਾਅਦਾ ਕਰ ਰਹੀ ਹੈ ਕਿ ਅਸੀਂ ਨਰੇਗਾ ਦਾ ਕਾਨੂੰਨ ਜੋ ਬਣਾਇਆ ਸੀ, ਅੱਜ ਨਰੇਗਾ ਦੀ ਦਿਹਾੜੀ ਨੂੰ 400 ਰੁਪਏ ਕਰਾਂਗੇ। ਅਸੀਂ ਕਿਸਾਨ ਭਰਾਵਾਂ ਦਾ ਜਿਹੜਾ MSP ਦਾ ਇਸ਼ੂ ਹੈ, ਉਸ MSP ਦੇ ਇਸ਼ੂ ਦੇ ਉੱਪਰ ਅਸੀਂ ਕਾਨੂੰਨ ਗਰੰਟੀ ਦੇਵਾਂਗੇ MSP ਦੀ, ਉਹਦਾ ਲੈਜਿਸਲੇਸ਼ਨ ਲੈ ਕੇ ਆਵਾਂਗੇ। ਔਰ ਇਸ ਦੇ ਨਾਲ ਨਾਲ ਜਿਹੜੀ ਅੱਜ ਇੰਨੀ ਮਹਿੰਗਾਈ ਹੋ ਗਈ, ਉਸ ਮਹਿੰਗਾਈ ਨੂੰ ਨੱਥ ਪੈ ਸਕੇ, ਸਾਡੀਆਂ ਬੀਬੀਆਂ ਨੂੰ, ਜਿਹੜੇ ਹਰ ਘਰ ਦੀ ਵੱਡੀ ਬੇਬੇ ਹੈ, ਉਸਨੂੰ 8,500 ਰੁਪਏ ਹਰ ਮਹੀਨੇ ਦਾ ਮਿਲ ਸਕੇ ਤਾਂ ਕਿ ਆਪਣੀ ਬੀਬੀ ਚੁੱਲ੍ਹਾ ਜਲਾ ਸਕੇ। ਤੋ ਇਹ ਐਸੀਆਂ ਐਸੇ ਵਾਅਦੇ ਕਾਂਗਰਸ ਪਾਰਟੀ ਨੇ ਕੀਤੇ ਹੈ, ਔਰ ਤੁਸੀਂ ਦੇਖੋਗੇ ਕਿ ਕਿਉਂਕਿ ਕਾਂਗਰਸ ਲੋਕ ਕਾਂਗਰਸ 'ਚ ਬਿਲੀਵ ਕਰਦੇ ਹੈ। ਜਦੋਂ ਕਾਂਗਰਸ ਪਾਵਰ 'ਚ ਆਈ ਹੈ, ਉਦੋਂ ਸਰਵਪੱਖੀ ਵਿਕਾਸ ਪਾਰਟੀ ਦਾ ਹੋਇਆ, ਕਦੇ ਕਾਂਗਰਸ ਪਾਰਟੀ ਨੇ BJP ਵਾਂਗੂ ਦੇਸ਼ ਨੂੰ ਧਰਮ ਦੇ ਨਾਮ 'ਤੇ ਜਾਂ ਜਾਤ ਪਾਤ ਦੇ ਨਾਮ 'ਤੇ ਵੰਡਣ ਦੀ ਕੋਸ਼ਿਸ਼ ਨਹੀਂ ਕੀਤੀ। ਕਾਂਗਰਸ ਪਾਰਟੀ ਹਮੇਸ਼ਾ ਸਾਰੇ ਲੋਕਾਂ ਦਾ ਵਿਕਾਸ ਚਾਹੁੰਦੀ ਹੈ, ਸਰਵਪੱਖੀ ਵਿਕਾਸ ਚਾਹੁੰਦੀ ਹੈ। ਇਸੇ ਕਰਕੇ ਜਿਹੜੇ ਕਾਨੂੰਨ ਮਨਮੋਹਨ ਸਿੰਘ ਦੀ ਸਰਕਾਰ 'ਚ ਬਣੇ, ਉਹਨਾਂ ਨੇ ਸਭ ਨੂੰ ਬੈਨੀਫਿਟ ਕੀਤਾ। ਇਸੇ ਤਰੀਕੇ ਨਾਲ ਜਦੋਂ ਅੱਜ ਵੀ ਬੈਨੀਫਿਟ ਦੀ ਗੱਲ ਆਉਂਦੀ ਹੈ, ਜਾਂ ਅੱਜ ਵੀ ਜੋ ਵਾਅਦੇ ਕਾਂਗਰਸ ਕਰ ਰਹੀ ਹੈ, ਉਹ ਕਰ ਰਹੀ ਹੈ ਜਿਹਦੇ ਨਾਲ ਸਾਰੇ ਲੋਕਾਂ ਨੂੰ ਫਾਇਦਾ ਹੋਵੇ। ਰਾਜਨਾਥ ਸਿੰਘ ਜੀ ਆਏ ਵੀ ਹੈ ਤੁਹਾਡੇ ਹਲਕੇ 'ਚ, ਕੁਰਾਲੀ ਹੋ ਰੈਲੀ ਕੀਤੀ ਉਹਨਾਂ ਨੇ, ਅਤੇ ਇਸ ਤਰ੍ਹਾਂ ਹੀ ਪੁਸ਼ਕਰ ਸਿੰਘ ਧਾਮੀ ਆਏ ਸੀਗੇ। ਉਹ ਕਹਿੰਦੇ ਨੇ ਕਾਂਗਰਸ ਜਿਹੜੀ ਹੈਗੀ ਹੈ ਉਹ ਰਾਮ ਵਿਰੋਧੀ ਹੈ, ਉਹਨਾਂ ਨੇ ਕੋਰਟ 'ਚ ਵੀ ਐਫਰਟ ਦਿੱਤਾ ਕਿ ਰਾਮ ਕਾਲਪਨਿਕ। ਯਾਰ ਗੱਲ ਇਹ ਹੈ, ਉਹਨਾਂ ਦੇ ਕਹਿਣ ਨਾਲ ਤਾਂ ਕੋਈ ਰਾਮ ਵਿਰੋਧੀ ਨਹੀਂ ਹੋ ਰਿਹਾ ਨਾ। ਉਹ ਤਾਂ ਇਹ ਸਮਝਦੇ ਕਿ ਰਾਮ ਭਗਵਾਨ ਜਿਹੜੇ ਹੈਗੇ ਸਿਰਫ ਉਹਨਾਂ ਦੇ ਹੈ,
ਤੁਸੀਂ ਮੈਨੂੰ ਦੱਸੋ ਕਿ ਇਹ ਵਾਲੀ ਗੱਲ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਰਾਮ ਭਗਵਾਨ ਸਿਰਫ ਉਹਨਾਂ ਦੇ ਹੈ? ਰਾਮ ਭਗਵਾਨ ਤੋਂ ਸਭ ਦੇ ਹੈ ਰਾਮ, ਮਤਲਬ ਮੈਨੂੰ ਇਹ ਨਹੀਂ, ਮੈਂ ਇਸ ਗੱਲ ਦੇ ਉੱਪਰ ਜ਼ਿਆਦਾ ਗੱਲ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਗੱਲ ਜਿਹੜਾ ਬੰਦਾ ਸੁਣ ਕੇ ਅਗਰ ਉਹਨਾਂ ਦੀ ਕੋਈ ਗੱਲ ਸੁਣਦਾ ਕਿ ਰਾਮ ਭਗਵਾਨ ਉਹਨਾਂ ਦੇ ਹੈ ਤਾਂ ਇਹ ਤਾਂ ਬਹੁਤ ਮਤਲਬ ਨਜਾਇਜ਼ ਗੱਲ ਹੈ। ਤਾਂ ਮੈਂ ਤਾਂ ਇੱਕ ਹਿੰਦੂ ਹੋਣ ਦੇ ਨਾਤੇ ਆਪਣੇ ਬਚਪਨ ਤੋਂ ਲੈ ਕੇ ਭਗਵਾਨ ਰਾਮ ਦਾ ਨਾਮ ਲੈ ਕੇ ਆਪਾਂ ਸਾਰੇ ਅੱਗੇ ਜਾਂਦੇ ਹਾਂ, ਮਤਲਬ ਆਪਾਂ ਸਾਰੇ ਲੋਕ, ਮੈਂ ਤਾਂ ਆਪਣੀ ਜ਼ਿੰਦਗੀ 'ਚ ਉਸੇ ਤਰੀਕੇ ਨਾਲ ਅੱਗੇ ਵਧਿਆ। ਤਾਂ ਮੇਰਾ ਕਹਿਣ ਦਾ ਮਕਸਦ ਹੈ ਕੋਈ ਬੰਦਾ ਹਰ ਰੋਜ਼ ਇਹ ਗੱਲ ਕਹੇ ਇਹ ਚੰਗਾ ਨਹੀਂ ਲੱਗਦਾ, ਔਰ ਇਹ ਗੱਲ 400 ਪਾਰ ਤੋਂ ਪਹਿਲਾਂ ਵੀ ਕਰਦੇ ਸੀ, ਇਸੇ ਕਰਕੇ ਬੁਖਲਾਟ ਆਈ ਹੋਈ ਹੈ ਨਾ ਅੱਜ ਮੂੰਹ ਦੇ ਉੱਪਰ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਇਹਨਾਂ ਨੇ ਅੱਜ, ਕਿਉਂਕਿ ਇਹਨਾਂ ਕੋਲ ਕੋਈ ਹੋਰ ਗੱਲ ਕਰਨ ਨੂੰ ਨਹੀਂ ਹੈ, ਇਹਨਾਂ ਨੇ 2 ਕਰੋੜ ਰੋਜ਼ਗਾਰ ਹਰ ਸਾਲ ਵਾਅਦਾ ਕੀਤਾ ਸੀ ਦੇਸ਼ ਦੇ ਨੌਜਵਾਨਾਂ ਨੂੰ, ਅਤੇ ਪਿਛਲੇ 10 ਸਾਲ ਸਰਕਾਰ ਰਹੀ 20 ਕਰੋੜ ਰੋਜ਼ਗਾਰ ਮਿਲਣਾ ਸੀ, 15-15 ਲੱਖ ਲੋਕਾਂ ਦੇ ਖਾਤੇ ਜਾਣਾ ਸੀ, ਦੱਸੋ ਕੋਈ ਆਇਆ? ਹੁਣ ਇਹਨਾਂ ਕੋਲ ਉਹ ਗੱਲਾਂ ਦੇ ਉੱਪਰ ਕਰਨ ਨੂੰ ਮੌਕਾ ਨਹੀਂ ਹੈ, ਇਹਨਾਂ ਕੋਲ ਦੱਸਣ ਨੂੰ ਕੁਛ ਨਹੀਂ ਹੈ। ਤੁਸੀਂ ਦੇਖੋ 750 ਕਿਸਾਨ ਸ਼ਹੀਦ ਹੋਇਆ ਤਾਂ ਜਾ ਕੇ 3 ਕਾਲੇ ਕਾਨੂੰਨ ਵਾਪਸ ਹੋਏ, ਅੱਜ ਸਾਡਾ ਨੌਜਵਾਨ ਇੱਕ MSP ਦੇ ਉੱਪਰ ਸ਼ਹੀਦ ਹੋ ਗਿਆ, BJP ਦੀ ਸਰਕਾਰ ਨੇ ਹੁਕਮ ਦੇ ਕੇ ਉਹਨੂੰ ਗੋਲੀ ਮਰਵਾਈ ਅਤੇ ਉਹ ਸ਼ਹੀਦ ਹੋ ਗਿਆ, ਅੱਜ ਇਹਨਾਂ ਕੋਲ ਉਹ ਗੱਲਾਂ ਦਾ ਜਵਾਬ ਨਹੀਂ ਹੈ, ਤਾਂ ਜਾ ਕੇ ਇਹ ਲੋਕਾਂ ਦਾ ਧਿਆਨ ਭੜਕਾਉਣ ਦੀ ਗੱਲ ਕਰਦੇ ਹੈ। ਮੈਂ ਤਾਂ ਸਾਰੇ ਲੋਕਾਂ ਨੂੰ, ਤੁਹਾਡੇ ਵਿਊਰਸ ਨੂੰ ਇਹ ਕਹਿਣਾ ਚਾਹੁੰਦਾ, ਸੋਚ ਸਮਝ ਕੇ ਵੋਟ ਪਾਉਣ ਦੀ ਗੱਲ ਹੈ, ਅੱਜ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਨੂੰ ਬਚਾਉਣ ਦੀ ਗੱਲ ਹੈ। ਪਿਛਲੇ 10 ਸਾਲਾਂ 'ਚ ਕਿਸ ਤਰੀਕੇ ਨਾਲ BJP ਦੀ ਸਰਕਾਰ ਨੇ ਏਜੰਸੀਜ਼ ਨੂੰ ਯੂਜ਼ ਕੀਤਾ ਲੋਕਾਂ ਨੂੰ ਤੰਗ ਕਰਨ ਵਾਸਤੇ, ਲੋਕਾਂ ਦੀ ਮਹਾਂ ਮਰਾਉਣ ਵਾਸਤੇ, ਆਪਾਂ ਨੂੰ ਸਭ ਨੂੰ ਪਤਾ ਹੈ। ਤਾਂ ਇਸ ਕਰਕੇ ਅੱਜ ਅਗਰ ਸਾਡਾ ਸੰਵਿਧਾਨ ਕਮਜ਼ੋਰ ਹੋ ਗਿਆ, ਇਹ ਉਹੀ ਸੰਵਿਧਾਨ ਹੈ ਜੋ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਸਾਡੇ ਦੇਸ਼ ਨੂੰ ਦਿੱਤਾ, ਇਹਦੇ ਵਿੱਚ ਆਜ਼ਾਦੀ ਦੀ ਲੜਾਈ ਤੋਂ ਬਾਅਦ ਕੁਰਬਾਨੀਆਂ ਅਤੇ ਸ਼ਹਾਦਤਾਂ ਹੋਈਆਂ ਤਾਂ ਦੇਸ਼ ਆਜ਼ਾਦ ਹੋਇਆ ਸੀ, ਅਤੇ ਅੱਜ ਇਹ ਸੰਵਿਧਾਨ ਦੇ ਤਹਿਤ ਆਪਾਂ ਆਨੰਦ ਮਾਣ ਰਹੇ ਹਾਂ, ਅਤੇ ਜੇ ਸੰਵਿਧਾਨ ਦੇ ਤਹਿਤ ਸਾਨੂੰ ਵੋਟ ਦੀ ਤਾਕਤ ਮਿਲੀ ਹੋਈ ਹੈ ਅਤੇ ਅੱਜ ਅਸੀਂ ਆਪਣੇ ਨੁਮਾਇੰਦੇ ਚੁਣਦੇ ਹਾਂ, ਅਸੀਂ ਆਪਣੇ ਨੁਮਾਇੰਦਿਆਂ ਨੂੰ ਵੋਟ ਪਾਉਂਦੇ ਹਾਂ ਅਤੇ ਨੁਮਾਇੰਦੇ ਚੁਣ ਕੇ ਅਸੀਂ ਅੱਗੇ ਲੈ ਕੇ ਜਾਂਦੇ ਹਾਂ, ਔਰ ਜੇ ਉਹ ਕੰਮ ਨਾ ਕਰਨ ਉਹਨਾਂ ਦੀ ਤਬਦੀਲੀ ਕਰ ਦਿੰਦੇ ਹਾਂ, ਇਹ ਤਾਂ ਹੀ ਕਰ ਪਾਉਂਦੇ ਕਿਉਂਕਿ ਸਾਡੇ ਕੋਲ ਵੋਟ ਦੀ ਤਾਕਤ ਹੈ, ਔਰ ਵੋਟ ਦੀ ਤਾਕਤ ਸਾਡੇ ਕੋਲ ਸੰਵਿਧਾਨ ਦੇ ਕਰਕੇ ਹੈ, ਵੋਟ ਦੀ ਤਾਕਤ ਸਾਡੇ ਕੋਲ ਸੰਵਿਧਾਨ ਕਰਕੇ। ਜੇ ਸੰਵਿਧਾਨ ਕਮਜ਼ੋਰ ਹੋ ਗਿਆ ਅਤੇ ਵੋਟ ਦੀ ਤਾਕਤ ਚਲੀ ਗਈ ਤਾਂ ਮੁੜ ਕੇ ਤਾਂ ਸਾਰੀ ਉਮਰ ਸਾਨੂੰ ਵੋਟ ਪਾਉਣ ਦੀ ਤਾਕਤ ਨਹੀਂ ਰਹਿਣੀ। ਤਾਂ ਇਸ ਕਰਕੇ ਅੱਜ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਆਪਣਾ ਸੰਵਿਧਾਨ ਬਚਾਉਣਾ ਹੈ, ਅੱਜ ਅਸੀਂ ਆਪਣੇ ਜਦੋਂ ਵੋਟ ਪਾਉਣੀ ਹੈ ਇਸ ਗੱਲ ਨੂੰ ਸੋਚ ਕੇ ਪਾਉਣੀ ਹੈ ਕਿ ਸਾਡੀ ਵੋਟ ਦਾ ਜਿਹੜਾ ਸਹੀ ਇਸਤੇਮਾਲ ਹੋਵੇ ਔਰ ਸਾਡਾ ਸੰਵਿਧਾਨ ਬਚੇ ਔਰ ਦੇਸ਼ ਦੇ ਵਿੱਚ ਐਸੀ ਪਾਰਟੀ ਆਵੇ ਜਿਹੜੀ ਸਾਡੇ ਦੇਸ਼ ਨੂੰ ਸਰਵਪੱਖੀ ਵਿਕਾਸ, ਹਰ ਬੰਦੇ ਦਾ ਵਿਕਾਸ, ਹਰ ਵਰਗ ਦਾ ਵਿਕਾਸ ਕਰਨ ਦੀ ਸੋਚ ਰੱਖਦੀ ਹੋਵੇ। ਅਕਾਲੀ ਦਲ ਨੂੰ ਕਿਸਦਾ ਦੇਖਦੇ ਹੋ? ਅਕਾਲੀ ਦਲ ਵੀ ਮੁਕਾਬਲੇ 'ਚ ਤੁਹਾਡੇ ਲੱਗਦਾ? ਇਹ ਤੁਹਾਨੂੰ ਲੱਗਦਾ? ਮੈਨੂੰ ਤਾਂ ਲੱਗਦਾ ਨਹੀਂ, ਮੈਨੂੰ ਤਾਂ ਕੋਈ ਅਕਾਲੀ ਦਲ ਜਾਂ ਕੋਈ ਵੀ ਪਾਰਟੀ ਦੀ ਗੱਲ ਮੈਨੂੰ ਇਸ ਕਰਕੇ ਲੱਗਦੀ ਕਿ ਜਿਸ ਤਰੀਕੇ ਦਾ ਹੰਗਾਰਾ ਮੈਨੂੰ ਲੋਕਾਂ ਦਾ ਮਿਲ ਰਿਹਾ, ਮੈਨੂੰ ਲੱਗਦਾ 4 ਤਰੀਕ ਨੂੰ ਲੋਕ ਵੱਡਾ ਪਿਆਰ ਅਤੇ ਆਸ਼ੀਰਵਾਦ ਦੇਣਗੇ। ਆਖਰੀ ਸਵਾਲ ਹੈ, ਆਪਣੇ ਵੋਟਰਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਇਲੈਕਸ਼ਨ ਦਾ ਧੁੱਪ ਬਹੁਤ ਪੈਂਦੀ ਹੈ? ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ 1 ਤਰੀਕ ਨੂੰ ਜ਼ੋਰਦਾਰ ਤਰੀਕੇ ਨਾਲ ਸਵੇਰੇ ਸਾਜਰੇ ਉੱਠ ਕੇ ਵੋਟਾਂ ਪਾਉਣ ਵਾਸਤੇ ਆਪਣੇ ਆਪਣੇ ਪੋਲਿੰਗ ਸਟੇਸ਼ਨ 'ਤੇ ਪਹੁੰਚੋ। ਤੁਹਾਨੂੰ ਮੈਂ ਆਪਣੀ ਗੱਲ ਦੱਸੀ ਹੈ, ਤੁਸੀਂ ਮੇਰੇ ਬਾਰੇ, ਮੇਰੇ ਕੰਮ ਬਾਰੇ, ਮੇਰੇ ਪਰਿਵਾਰ ਬਾਰੇ ਤੁਸੀਂ ਵਿਜੇਂਦਰ ਸਿੰਗਲਾ 'ਤੇ ਸਰਚ ਕਰ ਸਕਦੇ ਹੋ, ਜਾ ਕੇ ਗੂਗਲ 'ਤੇ ਸਭ ਕੋਲ ਟੈਲੀਫੋਨ ਹੈ। ਤੁਹਾਡਾ ਮਨ ਠੋਕੇ ਤਾਂ ਮੇਰੇ ਲਈ ਪ੍ਰਚਾਰ ਕਰੋ, ਮੇਰੀ ਮਦਦ ਕਰੋ, ਮੇਰੇ ਵਾਸਤੇ ਮੈਨੂੰ ਆਸ਼ੀਰਵਾਦ ਦਿਓ ਤਾਂ ਕਿ ਮੈਂ ਇਸ ਇਲਾਕੇ ਦੇ ਨਾਲ ਜੁੜੀਆਂ ਹੋਈਆਂ ਜੋ ਸਮੱਸਿਆਵਾਂ ਹੈ ਉਹਨਾਂ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਚੱਕ ਸਕਾਂ, ਔਰ ਚੱਕਣ ਤੋਂ ਬਾਅਦ ਵੱਖ ਵੱਖ ਕੇਂਦਰ ਸਰਕਾਰ ਦੇ ਅਦਾਰਿਆਂ ਤੋਂ ਪੈਸਾ ਲਿਆ ਕੇ ਆਪਣੇ ਇਲਾਕੇ ਵਾਸਤੇ ਖਰਚ ਕਰ ਸਕਾਂ। ਮੇਰੀ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਕਿ ਆਉਣ ਵਾਲੀ 1 ਤਰੀਕ ਨੂੰ 1-1 ਵੋਟ ਹੱਥ ਪੰਜੇ ਦੇ ਨਿਸ਼ਾਨ 'ਤੇ ਲਗਾ ਕੇ, ਔਰ ਜਿਹੜਾ ਬਟਨ ਹੈ ਉਹ 5ਵੇਂ ਨੰਬਰ 'ਤੇ ਹੈ, ਹੱਥ ਪੰਜੇ ਦੇ ਨਿਸ਼ਾਨ 'ਤੇ ਲਾ ਕੇ ਆਪਣੇ ਇਸ ਛੋਟੇ ਭਰਾ ਨੂੰ ਕਾਮਯਾਬ ਕਰੋ, ਆਪਣੇ ਬੱਚੇ ਨੂੰ ਕਾਮਯਾਬ ਕਰੋ ਤਾਂ ਕਿ ਇਸ ਇਲਾਕੇ ਦੀ ਤਰੱਕੀ ਆਪਾਂ ਮਿਲ ਕੇ ਕਰ ਸਕੀਏ, ਔਰ ਜੋ ਗੁਰੂ ਮਹਾਰਾਜ ਦੇ ਇਹ ਜੇ ਨਗਰੀ ਹੈ ਉਹਦੀ ਸੱਚੀ ਅਤੇ ਸੁੱਚੀ ਸੇਵਾ ਤੁਹਾਡਾ ਇਹ ਬੱਚਾ ਕਰ ਸਕੇ।
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਆਸ਼ੀਰਵਾਦ ਦਿਓਗੇ, ਵਾਅਦਾ ਮੇਰਾ, ਤੁਸੀਂ ਆਸ਼ੀਰਵਾਦ ਦਿਓ, ਸਾਰੀ ਜ਼ਿੰਦਗੀ ਤੁਹਾਡਾ ਬੱਚਾ, ਤੁਹਾਡਾ ਬੇਟਾ ਤੁਹਾਨੂੰ ਤੁਹਾਡੀ ਪਿੱਠ 'ਤੇ ਹਮੇਸ਼ਾ ਖੜ੍ਹਾ ਮਿਲੂਗਾ ਜੀ। ਮੀਡੀਆ ਨਾਲ ਗੱਲ ਕਰਨੀ ਤੁਹਾਡਾ ਸਰ, ਬਹੁਤ ਬਹੁਤ ਧੰਨਵਾਦ। ਥੈਂਕ ਯੂ, ਤੁਹਾਡਾ ਬਹੁਤ ਬਹੁਤ। ਇਹ ਸੀ ਵਿਜੇ ਇੰਦਰ ਸਿੰਗਲਾ ਜੀ, ਜਿਹੜੇ ਕਿ ਕੰਪੇਨ ਕਰਦੇ ਨੇ ਅਤੇ ਕੰਪੇਨ ਦੇ ਵਿੱਚ ਲੋਕਾਂ ਨੂੰ ਆਪਣੇ ਕੰਮਾਂ ਦੀ ਗੱਲ ਦੱਸਦੇ ਨੇ, ਪੂਰਾ ਇੱਕ ਮੈਨੀਫੈਸਟੋ ਤਿਆਰ ਕੀਤਾ ਅਲੱਗ ਤੋਂ ਆਪਣੇ ਹਲਕੇ ਵਾਸਤੇ, ਅਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਉਹਨਾਂ ਦੀ ਕੰਪੇਨ ਦੇ ਵਿੱਚ, ਅਤੇ ਕਿਸ ਤਰ੍ਹਾਂ ਲੋਕਾਂ ਨਾਲ ਗੱਲ ਕਰਦੇ ਨੇ ਅਤੇ ਹੋਰ ਕੀ ਮਸਲੇ ਸਾਹਮਣੇ ਆਉਂਦੇ ਹਨ। ਬਹੁਤ ਵਧੀਆ ਚੱਲ ਰਹੀ ਹੈ, ਹਵਾ ਚੱਲ ਰਹੀ ਹੈ, ਸਾਰੇ ਦੇਸ਼ 'ਚ ਹਵਾ ਚੱਲ ਰਹੀ ਹੈ। ਸਾਡੇ ਤਾਂ ਲਾ ਲਓ ਪੰਜਾਬ 'ਚ ਮੋਸਟਲੀ ਸੀਟਾਂ ਕਾਂਗਰਸ ਜਿੱਤੇਗੀ ਜੀ। ਹਾਂ ਜੀ ਹਾਂ, ਦੇਸ਼ ਏ ਬਚਾਉਣਾ, ਸੰਵਿਧਾਨ ਤੱਕ ਇੱਕ ਛੋਟੀ ਗੱਲ ਹੈ, ਆਪਾਂ ਸਭ ਕੁਛ ਏ ਬਚਾਉਣਾ ਜੀ। ਆਪਾਂ ਦੇਸ਼ ਬਚਾਉਣਾ ਤਾਂ ਆਪਾਂ ਕਾਂਗਰਸ ਨੂੰ ਵੋਟ ਪਾਈਏ, ਜੇ ਆਪਾਂ ਨੇ ਲਟਵਾਉਣਾ ਗਾ ਫਿਰ ਆਪਾਂ ਵੋਟ ਜਿਹਨੂੰ ਮਰਜ਼ੀ ਪਾ ਦਈਏ। ਇਹੋ ਜਿਹਾ ਕੋਈ ਫਰਕ ਨਹੀਂ ਹੈ ਜੀ, ਇਹ ਪੰਜਾਬੀ ਨੇ ਕੋਈ, ਜੇ ਸੰਗਰੂਰ ਵੀ ਪੰਜਾਬ ਦਾ ਹਿੱਸਾ ਗਾ, ਸਾਡੇ ਵਿੱਚੋਂ ਹੀ ਨੇ ਇਹ ਵੀ, ਪਰ ਇਹਦਾ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ, ਸਾਨੂੰ ਪਸੰਦ ਆਇਆ ਅਤੇ ਸਾਰਿਆਂ ਨੇ ਸਵੀਕਾਰ ਵੀ ਕਰਿਆ, ਸਾਰੇ ਐਮ ਸੀ ਕੀ ਸਾਰੇ ਨਾਲ ਤੁਰ ਰਹੇ ਨੇ, ਸਾਰੇ ਕਾਂਗਰਸੀ ਬੰਦੇ ਜੀ। ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਗਲਾ ਮੋਹਾਲੀ ਪਹੁੰਚੇ ਹੋਏ ਨੇ ਅਤੇ ਇੱਕ ਹੀ ਆਪਣੀ ਕੰਪੇਨ ਦੇ ਵਿੱਚ ਨੇ, ਲੋਕਾਂ ਨਾਲ ਗੱਲਬਾਤ ਕਰਦੇ, ਇੰਡਸਟਰੀ ਸਾਰੇ ਆਏ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਤੁਹਾਨੂੰ ਦਿਖਾਵਾਂਗੇ ਸਾਰੇ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਨੇ ਅਤੇ ਹੋਰ ਇੰਡਸਟਰੀਜ਼ ਨੇ ਉਹ ਇੱਥੇ ਪਹੁੰਚ ਰਹੇ ਹੈ, ਸਾਹਮਣੇ ਜਿਹੜੀ ਹੈਗੀ ਆ ਉਹ ਇੰਡਸਟਰੀਜ਼ ਦੀ ਗੱਲਬਾਤ ਸੁਣੀ ਜਾ ਰਹੀ ਹੈ ਕਿ ਕੀ ਚਾਹੁੰਦੇ ਨੇ, ਉਹਨਾਂ ਦੀ ਕੀ ਮੰਗਾਂ ਹੈਗੀਆਂ, ਕਿਹੜੇ ਕਿਹੜੇ ਕੰਮ ਪੂਰੇ ਨਹੀਂ ਹੋਣਗੇ। ਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਪਰ ਜਿਹੜੀਆਂ ਮੰਗਾਂ ਨੇ ਉਹ ਪੂਰੇ ਨਹੀਂ ਹੋਣ। ਇਸ ਮੀਟਿੰਗ ਦੇ ਵਿੱਚ ਨਗਰ ਨਿਗਮ ਮੋਹਾਲੀ ਦੇ ਜੋ ਡਿਪਟੀ ਮੇਅਰ ਨੇ ਕੁਲਜੀਤ ਸਿੰਘ ਬੇਦੀ ਮੌਜੂਦ ਨੇ, ਉਹਨਾਂ ਨਾਲ ਹੋਰ ਐਮ ਸੀ ਵੀ ਹੈਗੇ ਨੇ ਅਤੇ ਪੁਰਾਣੇ ਪ੍ਰਧਾਨ ਜਿਹੜੇ ਆਪਾਂ ਗੱਲ ਕਹੀਏ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ, ਉਹ ਵੀ ਇਹਦੇ ਵਿੱਚ ਸ਼ਾਮਿਲ ਹੈਗੇ ਨੇ। ਅਤੇ ਤੁਹਾਨੂੰ ਦਿਖਾਇਆ ਕਿ ਇਸ ਤੋਂ ਬਾਅਦ ਜਿਹੜੇ ਨੇ ਵਿਜੇਂਦਰ ਸਿੰਗਲਾ ਕਿੱਥੇ ਜਾਂਦੇ ਨੇ, ਤੁਹਾਨੂੰ ਉੱਥੇ ਵੀ ਲੈ ਕੇ ਚੱਲਾਂਗੇ। ਪਰ ਇਹ ਗੱਲ ਹੈ ਕਿ ਇਸ ਸਮੇਂ ਇਹ ਵਪਾਰੀਆਂ ਦੀਆਂ ਜਿਹੜੀਆਂ, ਮੋਹਾਲੀ ਜਿਹੜਾ ਹੈਗਾ ਬਹੁਤ ਵੱਡਾ ਇੰਡਸਟਰੀਅਲ ਹੱਬ ਹੈਗਾ, ਇਸ ਕਰਕੇ ਵਪਾਰੀਆਂ ਦੀਆਂ ਗੱਲਾਂ ਜਿਹੜੀਆਂ ਵਪਾਰੀਆਂ ਦੀਆਂ ਮੰਗਾਂ ਨੇ, ਵਪਾਰੀ ਡਿਮਾਂਡਸ ਨੇ ਉਹ ਸੁਣ ਰਹੇ ਨੇ, ਉਹਨਾਂ ਨੂੰ ਮਿਲਣ ਵਾਸਤੇ ਆਏ ਹਾਂ। ਔਰ ਇਹ ਵੀ ਕਹਿਣਾ ਕਿ ਆਪਣੇ ਵਰਕਰਸ ਦੀ ਵੋਟ ਵੀ ਸਾਨੂੰ ਪਾਈ ਜਾਵੇ। ਤੁਹਾਨੂੰ ਅੱਗੇ ਲੈ ਕੇ ਚੱਲਾਂਗੇ ਕੰਪੇਨ ਦੇ ਵਿੱਚ, ਜਿੱਥੇ ਜਾਣਗੇ ਉੱਥੇ ਵੀ ਤੁਹਾਨੂੰ ਲੋਕਾਂ ਨਾਲ ਗੱਲ ਕਰਾਵਾਂਗੇ। ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ, ਮੈਂ ਮੋਹਾਲੀ ਦਾ ਰਹਿਣ ਵਾਲਾ। ਸਿੰਗਲਾ ਸਾਹਿਬ ਦੀ ਕੰਪੇਨ ਬਹੁਤ ਅੱਛੀ ਚੱਲ ਰਹੀ ਹੈ, ਜਿੰਨੇ ਕੈਂਡੀਡੇਟ ਨੇ ਉਹਨਾਂ 'ਚੋਂ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ, ਵਿਜ਼ਨਰੀ ਅਤੇ ਚੰਗੀ ਸੋਚ ਰੱਖਣ ਵਾਲੇ, ਅਗਾਂਹ ਵਧੂ ਸੋਚ ਰੱਖਣ ਵਾਲੇ ਲੀਡਰ ਨੇ, ਸਾਨੂੰ ਇਹ ਲੱਗ ਰਿਹਾ। ਅਤੇ ਪੂਰੀ ਉਮੀਦ ਹੈ ਕਿ ਜੋ ਉਹਨਾਂ ਨੇ ਆਪਣਾ ਏਜੰਡਾ ਰੱਖਿਆ ਅਤੇ ਜੋ ਕਾਂਗਰਸ ਪਾਰਟੀ ਦਾ ਏਜੰਡਾ ਦੇਸ਼ ਵਾਸਤੇ, ਅਤੇ ਸਫਲਤਾ ਜ਼ਰੂਰ ਮਿਲੇਗੀ, ਪਰਮਾਤਮਾ ਸ਼ੁਕਰ ਰੱਖੇ, 4 ਤਰੀਕ ਨੂੰ ਜ਼ਰੂਰ ਜਿੱਤਾਂਗੇ। ਰਾਹੁਲ ਗਾਂਧੀ, ਸੰਵਿਧਾਨ ਬਚਾਉਣਾ ਹੈਗਾ, ਬਿਲਕੁਲ ਜ਼ਰੂਰਤ ਹੈ ਜੀ, ਸੰਵਿਧਾਨ ਬਚਾਉਣ ਦੀ, ਸੰਵਿਧਾਨ ਦੇ ਜਿੰਨੇ ਕਾਨੂੰਨ ਨੇ, ਮੈਂ ਆਪ ਇੱਕ ਐਡਵੋਕੇਟ ਹਾਂ, ਜੋ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਸੀ ਉਹਦੇ 'ਤੇ ਪਹਿਰਾ ਦੇਣ ਦੀ ਅੱਜ ਦੀ ਦੇਸ਼ ਦੇ ਵਿੱਚ ਲੋੜ ਹੈ, ਕਿਉਂਕਿ ਬੀਜੇਪੀ ਸਰਕਾਰ ਇੱਕ ਦੋਗਲੀ ਸਰਕਾਰ ਹੈ, ਕਹਿੰਦੀ ਕੁਛ ਹੋਰ ਹੈ, ਕਰਦੀ ਕੁਛ ਹੋਰ ਹੈ, ਮਾਰਕੀਟਿੰਗ ਜ਼ਿਆਦਾ ਹੈ, ਫੈਕਟ ਗਰਾਊਂਡ 'ਤੇ ਕੁਛ ਨਹੀਂ, ਬੋਲਣੀ ਗੱਲ ਹਿੰਦੂ ਮੁਸਲਮਾਨ ਦੀ, ਲੇਕਿਨ ਗੱਲ ਕਰਨੀ ਦੇਸ਼ ਬਚਾਉਣ ਦੀ, ਪਰ ਉਹ ਗਰਾਊਂਡ ਦੇ ਵਿੱਚ ਜੋ ਅੱਜ ਦੀ ਡੇਟ ਵਿੱਚ ਦੇਸ਼ ਦੇ ਹਾਲਾਤ ਨੇ, ਜੋ ਕੋਮਨ ਮੈਨ, ਜੋ ਗਰੀਬ, ਜੋ ਸਾਡਾ ਵੋਟਰ ਹੈ, ਜੋ ਉਹਦੇ ਦਿਲ ਦੀਆਂ ਦਰਦ ਨੇ, ਉਹ ਸਰਕਾਰ ਸਮਝਣ 'ਚ ਅਸਫਲ ਰਹੀ ਹੈ। ਸਿੰਗਲਾ ਸਾਹਿਬ ਇੱਕ ਬਹੁਤ ਸੂਝਵਾਨ ਅਤੇ ਸੀਜ਼ਨ ਲੀਡਰ ਹੈ, ਅਤੇ ਪਹਿਲਾਂ MP ਵੀ ਰਹੇ ਨੇ, ਕੈਬਨਿਟ ਮਿਨਿਸਟਰ ਵੀ ਰਹੇ ਨੇ ਜੀ,
ਅਤੇ ਬਹੁਤ ਇਹਨਾਂ ਦਾ ਲੰਬਾ ਚੌੜਾ ਐਕਸਪੀਰੀਅੰਸ ਹੈ, ਯੂਥ ਦੇ ਪ੍ਰਧਾਨ ਰਹੇ ਨੇ। ਇਹਨਾਂ ਨੇ ਆਉਣ ਨਾਲ ਇਹ ਜਿੱਤਦੇ ਨੇ ਤਾਂ ਮੋਹਾਲੀ ਨੂੰ ਅਤੇ ਸਪੈਸ਼ਲੀ ਅਨੰਦਪੁਰ ਸਾਹਿਬ ਹਲਕੇ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲੂਗਾ, ਕਿਉਂਕਿ ਜਿਹੜੇ ਸੈਂਟਰ ਦੇ ਪ੍ਰੋਜੈਕਟ ਹੈ ਉਹ ਐਮ ਪੀ ਲਿਆ ਸਕਦਾ, ਅਤੇ ਇਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਇਸ ਫੀਲਡ ਦੇ ਵਿੱਚ ਬਹੁਤ ਵਾਸਟ ਹੈ। ਅਤੇ ਗੱਲ ਰਹੀ ਲੋਕਾਂ ਨਾਲ ਜੁੜਨ ਦੀ, ਤਾਂ ਬਹੁਤ ਲੋਕਾਂ ਤੋਂ ਪਿਆਰ ਮਿਲ ਰਿਹਾ, ਹੁੰਗਾਰਾ ਮਿਲ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਕੋਈ ਬੀ ਜੇ ਪੀ ਦੀ ਇੰਨੀ ਫੈਨ ਫੋਲੋਇੰਗ ਨਹੀਂ ਹੈ, ਅਤੇ ਆਮ ਆਦਮੀ ਪਾਰਟੀ ਤੋਂ ਵੀ ਝੂਠੇ ਵਾਅਦਿਆਂ ਤੋਂ ਲੋਕ ਜਿਹੜੇ ਹੈਗੇ ਆ ਉੱਤੇ ਉੱਠ ਗਏ ਨੇ। ਇਹਨਾਂ ਦੇ ਫਾਦਰ ਸਾਹਿਬ ਸੰਤ ਰਾਮ ਸਿੰਗਲਾ ਜੀ ਸੀਗੇ, ਇਹਨਾਂ ਨੂੰ ਜਿਹੜੀ ਪੋਲੀਟਿਕਸ ਹੈ ਉਹ ਵਿਰਾਸਤ 'ਚ ਮਿਲੀ ਹੋਈ ਹੈ। ਆਈ ਟੀ ਦੇ ਡਿਗਰੀ ਹੋਲਡਰ ਨੇ, ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਨੇ ਔਰ ਐੱਮ ਐੱਲ ਏ ਵੀ ਰਹਿ ਚੁੱਕੇ ਨੇ। ਐੱਮ ਐੱਲ ਏ ਦੇ ਤੌਰ 'ਤੇ ਇਹ ਮੰਤਰੀ ਰਹੇ ਨੇ, ਪੀ ਡਬਲਿਊ ਬੀ ਐਂਡ ਆਰ ਆਈ ਟੀ ਇਨਫੋਰਮੇਸ਼ਨ ਟੈਕਨੋਲੋਜੀ ਵੀ ਇਹਨਾਂ ਕੋਲ ਰਿਹਾ, ਐਜੂਕੇਸ਼ਨ ਵੀ ਰਿਹਾ। ਦਰਅਸਲ ਇਹ ਬਹੁਤ ਵਿਜ਼ਨਰੀ ਨੇ, ਇੰਨੇ ਵਿਜ਼ਨ ਨੇ, ਇਹਨਾਂ ਨੂੰ ਪਤਾ ਹੈ ਪ੍ਰੋਜੈਕਟ ਰਿਪੋਰਟਾਂ ਕਿੱਦਾਂ ਬਣਦੀਆਂ ਨੇ, ਬਜਟ ਕਿੱਦਾਂ ਬਣਦਾ, ਉਹਦੀ ਅਪਰੂਵਲ ਕਿੱਦਾਂ ਹੁੰਦੀ ਹੈ, ਕਿੱਥੋਂ ਕਰਾਉਣੀ ਹੁੰਦੀ ਹੈ। ਈਵਨ ਯੂ ਐੱਨ ਦੇ ਵਿੱਚ ਵੀ ਇੰਡੀਆ ਦਾ ਕਈ ਐਂਗਲ ਤੋਂ ਇਹਨਾਂ ਨੇ ਪੱਖ ਵੀ ਰੱਖਿਆ, ਪਤਾ ਲੱਗਿਆ, ਔਰ ਲੋਕਾਂ ਨੂੰ ਪਹਿਚਾਣ ਬਹੁਤ ਹੈ। ਦਰਅਸਲ ਸਿੰਗਲਾ ਸਾਹਿਬ ਨੂੰ ਸਾਡੇ ਹਲਕੇ ਦੀ ਲੋੜ ਨਹੀਂ, ਸਾਨੂੰ ਸਾਡੇ ਹਲਕੇ ਨੂੰ, ਸਾਨੂੰ ਪੰਜਾਬ ਨੂੰ ਖਾਸ ਤੌਰ 'ਤੇ ਇਹੋ ਜਿਹੇ ਪੋਲੀਟੀਸ਼ੀਅਨ ਦੀ ਲੋੜ ਹੈ, ਤਾਂ ਜੋ ਕਿ ਪੰਜਾਬ ਦੇ ਮੁੱਦੇ, ਮੇਰਾ ਖਿਆਲ ਤਾਂ ਇਹ ਜਦੋਂ ਜਿੱਤਣਗੇ ਇਹਨਾਂ ਦੀ ਜਿਹੜੀ ਲਿਆਕਤ ਅਨੁਸਾਰ ਇਹ ਕਾਂਗਰਸ ਇੰਡੀਆ ਗਠਬੰਧਨ ਨੇ ਆਉਣੇ ਆਉਣਾ, ਜੋ ਟ੍ਰੈਂਡ ਚੱਲ ਰਿਹਾ, ਨਰੇਟਿਵ ਚੱਲ ਰਿਹਾ, ਇਹਨਾਂ ਨੇ ਮੰਤਰੀ ਬਣਨਾ ਬਣਨਾ, ਔਰ ਇਹਨਾਂ ਦੀ ਵਿਜ਼ਨ ਬਹੁਤ ਜ਼ਿਆਦਾ ਹੈ। ਇੱਥੇ ਲੋਕ ਵੀ ਬਹੁਤ ਵਧੀਆ ਢੰਗ ਦੇ ਨਾਲ ਰਹਿੰਦੇ ਨੇ, ਜਿਹਨਾਂ ਨੂੰ ਪਾਰਖ ਵੀ ਹੈਗੇ ਨੇ, ਅਸੀਂ ਸਮਝਦੇ ਵੀ ਆਰ ਵੈਰੀ ਲੱਕੀ। ਦਰਅਸਲ ਇਹਨਾਂ ਨੂੰ ਜਿਹੜੀ ਇਹਨਾਂ ਦੀ ਰਾਹੁਲ ਗਾਂਧੀ ਦੇ ਨੇੜਤਾ ਨਾਲ ਨਹੀਂ ਇਹਨਾਂ ਨੂੰ ਟਿਕਟ ਮਿਲੀ, ਇਹਨਾਂ ਦੀ ਵਿਚਾਰਧਾਰਾ ਦੇ ਨਾਲ, ਐਜੂਕੇਸ਼ਨ ਦੇ ਨਾਲ ਪਰਖੇ ਹੋਏ ਇਨਸਾਨ ਨੇ, ਐਂਡ ਵੀ ਆਰ ਵੈਰੀ ਪ੍ਰਾਊਡ ਆਫ, ਵੀ ਆਰ ਫੀਲਿੰਗ ਵੈਰੀ ਹੈਪੀ। ਵਜਿੰਦਰ ਸਿੰਗਲਾ ਸਵੇਰ ਤੋਂ ਜਿਹੜੇ ਨੇ ਉਹ ਕੰਪੇਨ 'ਚ ਲੱਗੇ ਨੇ, ਘਰ ਤੋਂ ਆਪਣੀ ਮਾਂ ਅਤੇ ਬੱਚੀ ਦੇ ਆਸ਼ੀਰਵਾਦ ਲੈ ਕੇ ਕੰਪੇਨ 'ਤੇ ਲੈ ਕੇ ਲੋਕਾਂ ਨਾਲ ਗੱਲ ਕਰਦੇ ਆ, ਲੋਕਾਂ ਦੇ ਕੰਮ ਦੀ ਗੱਲ ਕਰਦੇ ਹਾਂ ਕਿ ਤੁਹਾਡਾ ਮੈਂ ਕਿਹੜੇ ਕਿਹੜੇ ਕੰਮ ਪੂਰੇ ਕਰਨੇ ਆ, ਪੀਣ ਵਾਲੇ ਪਾਣੀ ਦੀ ਗੱਲ ਕਰਦੇ ਹਾਂ, ਹਰ ਇੱਕ ਗੱਲ ਉਹ ਕਰਦੇ ਹਾਂ ਜਿਹੜੀ ਕਿ ਲੋਕਾਂ ਨਾਲ ਜੁੜੀ ਹੋਈ ਹੈ, ਕਿਉਂਕਿ ਇਹ ਲੋਕ ਸਭਾ ਦਾ ਇਲੈਕਸ਼ਨ ਭਾਵੇਂ ਸੈਂਟਰ ਵਾਸਤੇ ਹੈਗਾ, ਪਰ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਜੋ ਉਹਦੀਆਂ ਡਿਮਾਂਡਾਂ ਨੇ, ਉਹ ਲੋਕਲ ਹੀ ਨੇ। ਸੜਕ ਬਣਾਉਣ ਦੀ ਗੱਲ ਕਰੀਏ, ਗਲੀ ਬਣਾਉਣ ਦੀ ਗੱਲ ਕਰੀਏ, ਆਪਣੇ ਪਿੰਡਾਂ ਨੂੰ ਸੁਧਾਰਨ ਦੀ ਗੱਲ ਕਰੀਏ, ਪੀਣ ਵਾਲੇ ਪਾਣੀ ਦੀ ਗੱਲ ਕਰੀਏ, ਸਕੂਲ ਦੀ ਕਰੀਏ, ਹੈਲਥ ਦੀ ਕਰੀਏ, ਉਹ ਸਾਰੀ ਗੱਲ ਕਰਦੇ ਹਾਂ। ਸਵੇਰ ਤੋਂ ਲੈ ਕੇ ਹੁਣ ਸ਼ਾਮ ਦਾ ਤਕਰੀਬਨ 7:30 ਵਜੇ ਦਾ ਟਾਈਮ ਹੋ ਗਿਆ ਹੈਗਾ, ਪਰ ਵਿਜਿੰਦਰ ਸਿੰਗਲਾ ਹਲੇ ਵੀ ਮੰਚ ਦੇ ਉੱਪਰ ਨੇ, ਘੜੂਆਂ ਪਿੰਡ ਹੈ, ਘੜੂਆਂ ਪਿੰਡ ਦੇ ਮੰਚ 'ਤੇ ਲੋਕਾਂ ਵਿੱਚ ਹੈਗੇ ਨੇ, ਭੀੜ ਬਹੁਤ ਹੈਗੀ ਹੈ, ਅਤੇ ਤੁਹਾਨੂੰ ਫਿਰ ਕਿਸੇ ਹੋਰ ਜਿਹੜੇ ਲੀਡਰ ਨੇ ਉਹਨਾਂ ਨਾਲ ਮਿਲਾਵਾਂਗੇ। ਪਰ ਅੱਜ ਜਿਹੜੀ ਸਾਡੀ ਕੰਪੇਨ ਸੀਗੀ, ਟ੍ਰੇਨਿੰਗ ਕੰਪੇਨ ਗਰੁੱਪ ਪ੍ਰੋਗਰਾਮ ਸੀਗਾ, ਉਹਦੇ ਵਿੱਚ ਅਸੀਂ ਵਿਜਿੰਦਰ ਸਿੰਘ ਨਾਲ ਰਹੇ ਅਤੇ ਜਾਣਿਆ ਕਿ ਕਿਸ ਤਰ੍ਹਾਂ ਨਾਲ ਉਹ ਆਪਣੀ ਕੰਪੇਨ ਨੂੰ ਲੈਂਦੇ ਹਾਂ। ਕੈਮਰਾ ਪਰਸਨ ਅਸ਼ਵਨੀ ਨਾਥ ਦੇ ਨਾਲ ਮਨੋਜ ਜੋਸ਼ੀ, ਜੀ ਮੀਡੀਆ, ਘੜੂਆਂ।